ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅਤੇ ਲਾਈਵ ਹੋ ਗਿਆ ਮੈਂ, ਹਾਂਜੀ। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੀ ਫਿਲਮ ਆ ਰਹੀ ਹੈ ਚੋਬਰ। ਥੈਂਕ ਯੂ ਸੋ ਮੱਚ, ਤੁਸੀਂ ਉਹਦੇ ਟ੍ਰੇਲਰ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ, ਪਹਿਲੇ ਨੂੰ ਵੀ ਅਤੇ ਦੂਜੇ ਨੂੰ ਵੀ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਨੀ ਸੀ, ਇਸੇ ਕਰਕੇ ਮੈਂ ਲਾਈਵ ਆਇਆ। ਤੁਸੀਂ ਪਲੀਜ਼ ਸਾਰੇ ਜਣੇ ਮੇਰਾ ਇਹ ਲਾਈਵ ਸ਼ੇਅਰ ਕਰ ਦਿਓ, ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੱਥੇ ਵੀ ਤੁਹਾਡੇ ਯਾਰ ਦੋਸਤ ਰਹਿੰਦੇ ਨੇ, ਚਾਹੇ ਉਹ ਪੰਜਾਬ ਨੇ ਚਾਹੇ ਬਾਹਰ ਨੇ ਕਿਤੇ ਵੀ ਨੇ। ਤੁਸੀਂ ਪਲੀਜ਼ ਇਸ ਵੀਡੀਓ ਨੂੰ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਤਾ ਚੱਲ ਸਕੇ ਅਤੇ ਸਾਰੇ ਜਣੇ ਫਿਲਮ ਦੇਖਣ ਜਾਣ 11 ਨਵੰਬਰ ਨੂੰ। ਤੁਹਾਨੂੰ ਸਾਰਿਆਂ ਨੂੰ ਪਤਾ, ਮੈਂ ਕੱਲ੍ਹ ਵੀ ਪੋਸਟ ਪਾਈ ਸੀਗੀ ਕਿ ਚੋਬਰ ਦੀਆਂ ਤੁਸੀਂ ਕਿਤੇ ਸੜਕਾਂ 'ਤੇ ਕੋਈ ਪੋਸਟਰ ਵੱਡੇ ਵੱਡੇ ਲੱਗੇ ਨਹੀਂ ਦੇਖਣੇ, ਨਾ ਤੁਹਾਨੂੰ ਕਿਸੇ ਮੌਲਾਂ 'ਚ ਜਾ ਕੇ ਅਤੇ ਹੋ ਸਕਦਾ ਸਾਡੀਆਂ ਸਟੈਂਡੀਆਂ ਵੀ ਚੁਕਾ ਦੇਣ, ਕਿਉਂਕਿ ਸਾਡਾ ਜਿਹੜਾ ਕੰਮ ਆ ਉਹ ਸਿਰਫ ਯੂਟਿਊਬ 'ਤੇ ਜਾਂ ਜੋ ਸਾਡੀ ਮਿਹਨਤ ਆ ਤੁਸੀਂ ਉੱਥੇ ਦੇਖ ਸਕਦੇ ਹਾਂ। ਇਸ ਤੋਂ ਬਿਨਾਂ ਜਿਹੜੀਆਂ ਚੀਜ਼ਾਂ ਪੈਸੇ ਨਾਲ ਖਰੀਦੀਆਂ ਜਾ ਸਕਦੀਆਂ ਉਹ ਉਹਨਾਂ 'ਚ ਸ਼ਾਇਦ ਅਸੀਂ ਪੂਰੇ ਨਾ ਉਤਰੀਏ, ਕਿਉਂਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਕਿ ਇਹ ਹੋਰਡਿੰਗਾਂ ਜਾਂ ਉਹ ਸਾਰੇ ਕੰਮ ਕੀਤੇ ਜਾ ਸਕਣ ਜਿੱਥੋਂ ਟਿਕਟਾਂ ਪਹਿਲਾਂ ਖਰੀਦ ਲਈਏ। ਇਹ ਸਾਰਾ ਕੁਛ ਨਹੀਂ ਹੋਣਾ ਸਾਡੇ ਕੋਲ, ਮੇਰੇ ਕੋਲ ਸਿਰਫ ਤੁਸੀਂ ਸਾਰੇ ਜਣੇ ਹੋ ਅਤੇ ਮੈਨੂੰ ਤੁਹਾਡਾ ਹੀ ਆਸਰਾ, ਤੁਹਾਡੀ ਸਪੋਰਟ ਆ। ਜਿੱਦਾਂ ਤੁਸੀਂ ਸ਼ੂਟਰ ਨੂੰ ਪਹਿਲਾਂ ਪਿਆਰ ਕੀਤਾ ਸੀ, ਉੱਦਾਂ ਹੀ ਤੁਸੀਂ ਚੋਬਰ ਨੂੰ 11 ਨਵੰਬਰ ਨੂੰ ਥੀਏਟਰ 'ਚ ਦੇਖ ਕੇ ਸਾਨੂੰ ਪਿਆਰ ਕਰਿਓ। ਅਤੇ ਮੇਰੇ ਕੋਲ ਗੱਲਾਂ ਬੜੀਆਂ ਨੇ, ਮੈਂ ਕੰਟਰੋਲ ਕਰਾਂ ਕਿਤੇ ਕੋਈ ਗਲਤ ਨਾ ਕਹਿੰਦੇ ਕਿਸੇ ਨੂੰ, ਹੈ ਨਾ। ਸੋ ਪਲੀਜ਼ ਯਾਰ, ਚੋਬਰ ਨੂੰ ਤੁਸੀਂ ਥੀਏਟਰ 'ਚ ਦੇਖਿਓ। ਜਿੰਨੇ ਵੀ ਮੇਰੇ ਵੀਰ ਇਸ ਟਾਈਮ ਤੁਸੀਂ ਮੈਨੂੰ ਲਾਈਵ ਦੇਖ ਰਹੇ ਹੋ ਜਾਂ ਜਿੰਨੇ ਵੀ ਇਸ ਵੀਡੀਓ ਨੂੰ ਬਾਅਦ 'ਚ ਦੇਖਣਗੇ, ਕਿਉਂਕਿ ਬੜਾ ਹੀ ਜ਼ੋਰ ਲੱਗਾ ਬੜੇ ਬੰਦਿਆਂ ਦਾ ਕਿ ਇਹਨਾਂ ਦੀ ਕਦੀ ਪੋਸਟਰ ਲਵਾ ਦਿੰਦੇ ਨੇ, ਕਦੀ ਕੁਛ ਕਰ ਦਿੰਦੇ ਨੇ, ਕਦੀ ਕੁਛ ਕਰ ਦਿੰਦੇ ਨੇ, ਪਰ ਕੋਈ ਚੱਕਰ ਨਹੀਂ ਆ, ਪਰਮਾਤਮਾ ਮਿਹਰ ਕਰਦਾ, ਪਰਮਾਤਮਾ ਦਾ ਹੱਥ ਹੋਵੇ ਤਾਂ ਫਿਰ, ਜਾਂ ਤੁਸੀਂ ਸਾਰੇ ਨਾਲ ਹੋ ਤਾਂ ਫਿਰ ਤਾਂ ਕੋਈ ਚੱਕਰ ਨਹੀਂ ਆਪਾਂ ਨੂੰ। ਸੋ ਰਿਕੁਐਸਟ ਮੇਰੀ ਇਹੀ ਹੈ ਕਿ ਚੋਬਰ ਨੂੰ ਤੁਸੀਂ ਸਾਰੇ ਜਾਣੇ ਥੀਏਟਰ 'ਚ ਜ਼ਰੂਰ ਦੇਖ ਕੇ ਆਇਓ, ਹੈ ਨਾ। ਬਸ ਯਾਰ, ਮੈਂ ਇਹੀ ਕਹਿਣਾ ਸੀ ਤੁਹਾਨੂੰ ਸਾਰਿਆਂ ਨੂੰ, ਕਿਉਂਕਿ ਬੜੀ ਮਿਹਨਤ ਦੇ ਨਾਲ ਫਿਲਮ ਬਣਾਈ ਹੈ ਚੋਬਰ, ਅਤੇ ਬੜੀ ਮਿਹਨਤ ਨਾਲ ਪਹਿਲੀ ਬਣਾਈ, ਪਹਿਲੀ ਨੂੰ ਬੈਨ ਲਵਾ ਦਾ, ਫਿਰ ਅਸੀਂ ਦੂਜੀ ਬਣਾਈ, ਦੂਜੀ 'ਤੇ ਵੀ ਤੁਹਾਨੂੰ ਪਤਾ ਕੀ ਕੁਛ ਕਰੀ ਜਾਂਦੇ ਨੇ ਸਾਰੇ ਜਾਣੇ। ਅਤੇ ਮੈਂ ਤਾਂ ਹੀ ਕਿਤੇ ਕਾਲਜਾਂ 'ਚ ਜਾਂ ਤੁਸੀਂ ਮੈਨੂੰ ਕਿਤੇ ਜਾਂਦੇ ਨਹੀਂ ਦੇਖੋਗੇ ਹੁਣ, ਹੈ ਨਾ। ਮੈਂ ਇੱਕ ਜਗ੍ਹਾ ਗਿਆ ਸੀਗਾ ਬਸ, ਚੰਡੀਗੜ੍ਹ ਯੂਨੀਵਰਸਿਟੀ, ਉਸ ਤੋਂ ਬਾਅਦ ਵੀ ਚਲੋ ਬੜੀਆਂ ਗੱਲਾਂ ਨੇ, ਮੈਂ ਬਾਅਦ 'ਚ ਦੱਸੂੰਗਾ ਤੁਹਾਨੂੰ ਤੁਸੀਂ, ਪਰ ਫਿਲਹਾਲ ਮੇਰੀ ਯਾਰ ਚੋਬਰ ਫਿਲਮ ਥੀਏਟਰ 'ਚ ਜ਼ਰੂਰ ਦੇਖਿਓ, ਕਿਉਂਕਿ ਮੈਂ ਚਾਹੁੰਦਾ ਕਿ ਤੁਸੀਂ ਟ੍ਰੇਲਰ ਦੇਖ ਕੇ ਜੇ ਤੁਹਾਨੂੰ ਲੱਗਦਾ ਕਿ ਯਾਰ ਇਹ ਇੱਦਾਂ ਦੀਆਂ ਫਿਲਮਾਂ ਪੰਜਾਬੀ ਇੰਡਸਟਰੀ 'ਚ ਬਣਨੀਆਂ ਚਾਹੀਦੀਆਂ, ਤਾਂ ਤੁਸੀਂ ਪਲੀਜ਼ ਜ਼ਰੂਰ ਦੇਖਿਓ। ਅਤੇ ਸ਼ੂਟਰ ਚੌਪਾਲ 'ਤੇ ਆ ਗਈ ਆ, ਜਿਨ੍ਹਾਂ ਜਿਨ੍ਹਾਂ ਨੇ ਨਹੀਂ ਦੇਖੀ ਉਹ ਤੁਸੀਂ ਚੌਪਾਲ 'ਤੇ ਦੇਖ ਲਿਓ, ਅਤੇ ਚੋਬਰ ਨੂੰ ਤੁਸੀਂ ਥੀਏਟਰ 'ਚ ਦੇਖਿਓ, ਚਾਹੇ ਕੈਨੇਡਾ ਬੈਠੇ ਹੋ, ਚਾਹੇ ਅਮਰੀਕਾ ਬੈਠੇ ਹੋ, ਨਿਊਜ਼ੀਲੈਂਡ ਬੈਠੇ ਹੋ, ਆਸਟ੍ਰੇਲੀਆ ਬੈਠੇ ਹੋ, ਯੂਕੇ ਬੈਠੇ ਹੋ, ਪੰਜਾਬ 'ਚੋਂ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਜਿੱਥੇ ਵੀ ਬੈਠੇ ਹੋ ਯਾਰ, ਪਲੀਜ਼। ਅਤੇ ਤੁਸੀਂ ਬਸ ਰਿਕੁਐਸਟ ਮੰਨ ਲਓ, ਬੇਨਤੀ ਮੰਨ ਲਓ, ਅਤੇ ਇਹ ਤੁਹਾਡਾ ਸਾਰਿਆਂ ਦਾ ਅਹਿਸਾਨ ਹੋਊਗਾ ਜੇ ਤੁਸੀਂ ਸਾਰੇ ਜਾਣੇ ਚੋਬਰ ਨੂੰ ਥੀਏਟਰ 'ਚ ਹੀ ਦੇਖਣ ਜਾਓਗੇ ਤਾਂ। ਕਿਉਂਕਿ ਮੈਂ ਦੇਖਿਆ ਲੋਕਾਂ ਦੀਆਂ ਫਿਲਮਾਂ ਦੀਆਂ ਐਡਵਾਂਸ ਬੁਕਿੰਗਾਂ ਖੁੱਲ੍ਹ ਜਾਂਦੀਆਂ ਅਤੇ 5 ਮਿੰਟ 'ਚ ਹੀ ਸਾਰੇ ਸ਼ੋਅ ਫੁੱਲ ਹੋ ਜਾਂਦੇ ਨੇ, ਖੁਦ ਹੀ ਖਰੀਦ ਲੈਂਦੇ ਨੇ, ਆਪ ਹੀ ਖਰੀਦ ਲੈਂਦੇ ਟਿਕਟਾਂ, ਹੈ ਨਾ। ਅਤੇ ਇੱਦਾਂ ਦੇ ਕੰਮ ਯਾਰ ਮੇਰੇ ਕੋਲ ਹੋਣੇ ਨਹੀਂ, ਸਗੋਂ ਸਾਡੇ ਕੋਲ ਇੰਨੇ ਪੈਸੇ ਹੈ ਨਹੀਂ ਕਿ ਇੱਦਾਂ ਮੈਂ ਪਰਸੈਪਸ਼ਨ ਬਣਾ ਦਾਂ ਕਿ ਤੁਹਾਡੀਆਂ ਟਿਕਟਾਂ ਫੁੱਲ ਹੋ ਗਈਆਂ, ਤੁਸੀਂ ਕਰੋਗੇ ਤਾਂ ਹੋਣੀਆਂ। ਸੋ ਸਾਰਿਆਂ ਨੂੰ ਬੇਨਤੀ ਆ, ਤੁਹਾਨੂੰ ਸਾਰਿਆਂ ਨੂੰ ਤਾਂ ਰਿਕੁਐਸਟ ਆ, ਪਲੀਜ਼ ਚੋਬਰ ਨੂੰ ਤੁਸੀਂ ਥੀਏਟਰ 'ਚ ਦੇਖਿਓ 11 ਨਵੰਬਰ। ਥੈਂਕ ਯੂ ਸੋ ਮੱਚ।